ਗੱਲ ਇਹ ਆ ਕਿ ਉਹ ਜਿਹੜਾ ਰੋਡ ਸ਼ੋਅ ਕੀਤਾ ਗਿਆ, ਮੈਂ ਇਹਨਾਂ ਦੇ MLA ਨੂੰ ਇੱਕ ਬੇਨਤੀ ਕਰਦਾ ਯਾਰ, ਤੁਹਾਨੂੰ ਡਿਵੈਲਪਮੈਂਟ ਲਈ ਲੋਕਾਂ ਨੇ ਬਣਾਇਆ, ਤੁਹਾਨੂੰ ਬੇਇੱਜ਼ਤੀ ਕਰਾਉਣ ਨੂੰ ਨਹੀਂ ਬਣਾਇਆ ਗਾ। ਜਿੱਦਣ ਲਾਲਜੀਤ ਭੁੱਲਰ ਦੇ ਕਾਗਜ਼ ਭਰਨੇ ਸੀ, ਉਦਣ ਧੁੰਦ ਸਾਹਿਬ ਨੂੰ ਇੱਕ ਹੌਲਦਾਰ ਨੇ ਰੋਕ ਲਿਆ, ਨਾਲ ਉਹ ਜੀਰੇ ਵਾਲਾ ਸਾਡਾ ਨਰੇਸ਼ ਕਟਾਰੀਆ, ਠੀਕ ਆ, ਉਹ ਉਹਨੂੰ ਦੱਸ ਰਹੇ ਆ, ਉਹ ਦੱਸ ਰਹੇ ਆ ਕਿ ਬਾਈ ਮੈਂ MLA ਆ। ਉਹ ਯਾਰ 27 ਮਹੀਨੇ ਹੋ ਗਏ, ਜੇ ਤੁਹਾਨੂੰ ਇੱਕ ਹੌਲਦਾਰ ਨੂੰ ਦੱਸਣਾ ਪਵੇ ਮੈਂ MLA ਆ, ਤਾਂ ਫਿਰ ਫਿਟੇ ਮੂੰਹ ਤੁਹਾਡੇ ਆ ਜਿਹੜੇ ਸਾਡੇ ਸੋਹਲ ਸਾਹਿਬ ਆ, ਕਿ ਜੇ ਬਈ ਨਹੀਂ ਤੁਹਾਨੂੰ ਮੁੱਖ ਮੰਤਰੀ ਪਿਆਰ ਕਰਦਾ, ਜਾਣਦਾ ਹੀ ਨਹੀਂ ਮੁੱਖ ਮੰਤਰੀ ਤੇ ਗੱਡੀ ਤੇ ਕਿਉਂ ਚੜ੍ਹਦੇ ਆ, ਉਹਨੂੰ ਧੱਕਾ ਮਾਰ ਕੇ ਥੱਲੇ ਲਾਇਆ ਗਿਆ। ਔਰ ਜਿਹੜੀ ਤੁਸੀਂ ਗੱਡੀ ਦੀ ਗੱਲ ਕਰਦੇ ਹੋ, ਮੇਰੇ ਹਿਸਾਬ ਨਾਲ ਸ਼ਾਇਦ ਉਹ ਆਹ ਗੱਡੀ ਜਿਹੜਾ ਸਿੱਧੂ ਮੂਸੇ ਵਾਲੇ ਦੇ ਕਤਲ ਕਾਂਡ ਦੇ ਵਿੱਚ ਜਿਹੜਾ ਚਾਂਦੀ ਗੈਂਗਸਟਰ ਆ ਯਾਦਵਿੰਦਰ ਚਾਂਦੀ, ਠੀਕ ਹੈ, ਆਹ ਗੱਡੀ ਉਸ ਚਾਂਦੀ ਦੀ ਹੈ, ਉਹਦੇ ਫਾਦਰ ਦੀ ਗੱਡੀ ਹੈ, EB 45A 66 ਨੰਬਰ ਆ। ਔਰ ਮੈਂ ਗੱਲ ਕਹਿੰਦਾ ਕਿ ਜਦੋਂ ਗੈਂਗਸਟਰਾਂ ਦੀਆਂ ਗੱਡੀਆਂ ਦੇ ਵਿੱਚ ਮੰਤਰੀ ਘੁੰਮਦੇ ਹੋਣ, ਤੇ ਫਿਰ ਪੰਜਾਬ ਦੇ ਲੋਕਾਂ ਨੂੰ ਤੇ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਇਨਸਾਫ਼ ਮਿਲਣ ਦੀ ਝਾਕ ਨਹੀਂ। ਅੱਜ ਉਹ ਮਾਂ ਪਿਓ ਰੋਂਦੇ ਫਿਰਦੇ ਆ, ਔਰ ਉਹ ਮਾਂ ਪਿਓ ਨੂੰ ਇਨਸਾਫ਼ ਕਿੰਨੇ ਦੇਣ ਜਿਨ੍ਹਾਂ ਨੇ ਪੁੱਤ ਮਾਰਿਆ ਸੀਗਾ। ਅੱਜ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਜਿਹੜਾ ਕਿ ਮੰਤਰੀ ਜਿਹੜਾ ਕਿ ਉਹ ਜਿਹੜਾ ਚੋਣ ਪ੍ਰਚਾਰ ਕਰ ਰਿਹਾ, ਇਸ ਕਰਕੇ ਲੋਕ ਇਸ ਸਰਕਾਰ ਦੇ ਜਿਹੜੇ ਕੀਤੇ ਹੋਏ ਕੰਮਾਂ ਤੋਂ ਜਿਹੜਾ ਉਹ ਬਿਲਕੁਲ ਲੋਕ ਉਹਨੂੰ ਇਸ ਹਰ ਫਰੰਟ ਤੋਂ ਇਹਨੂੰ ਫੇਲ ਕਰ ਚੁੱਕੇ ਆ। ਔਰ ਲੋਕ ਚਾਹੁੰਦੇ ਆ ਕਿ ਮਾਹੌਲ ਜਿਹੜਾ ਉਹ ਸ਼ਾਂਤਮਈ ਮਾਹੌਲ ਹੋਵੇ, ਲੋਕ ਜਿਹੜੀ ਉਹ ਚੈਨ ਦੀ ਨੀਂਦ ਸੌਂ ਸਕਣ। ਔਰ ਲੋਕਾਂ ਨੇ ਲਿਆਂਦਾ ਸੀਗਾ ਕਿ ਸ਼ਾਇਦ ਬਦਲਾਅ ਆਊਗਾ, ਪਤਾ ਨਹੀਂ ਕੀ ਕਰ ਦੇਣਗੇ, ਪਰ ਇੰਨਾ ਕੋ ਬਦਲਾਅ ਆ ਕਿ ਜਿਹੜੇ ਗਰੀਬਾਂ ਨੂੰ ਦਾਣੇ 30 ਕਿਲੋ ਮਿਲਦੇ ਸੀ ਉਹ 5 ਕਿਲੋ ਰਹਿ ਗਏ। ਆ ਚਾਂਦੀ ਨਾਲ ਇਹਦਾ ਕਿਸ ਤਰ੍ਹਾਂ ਦਾ ਰਿਸ਼ਤਾ ਹੋ ਸਕਦਾ ਮੰਤਰੀ ਲਾਲਜੀਤ ਭੁੱਲਰ ਦਾ, ਕਿਸ ਤਰ੍ਹਾਂ ਦੇਖਦੇ? ਗੱਲ ਇਹ ਆ ਕਿ ਇਹ ਲਾਹੌਰੀਆ ਜੱਟ ਆ, ਠੀਕ ਹੈ, ਤੇ ਲਾਹੌਰੀਆ ਜੱਟ ਆ, ਲਾਹੌਰੀਆ ਤਾਂ ਮੈਂ ਵੀ ਹੈਗਾ, ਪਰ ਮੈਂ ਧੀਆਂ ਭੈਣਾਂ ਦੀ ਇੱਜ਼ਤ ਕਰਦਾ। ਮੈਂ ਉਹ ਲਾਹੌਰੀਆ ਵਾਂ ਕਿ ਜਿਹੜਾ ਹਰੇਕ ਦੇ ਦੁੱਖ ਸੁੱਖ 'ਚ ਆਉਂਦਾ, ਇਹ ਉਹ ਲਾਹੌਰੀਆ ਜਿਹੜਾ ਲੋਕਾਂ ਨੂੰ ਮਾੜਾ ਬੋਲਦਾ। ਔਰ ਮੈਂ ਗੱਲ ਕਹਿੰਦਾ ਕਿ ਇਹੋ ਜਿਹੇ ਲਾਹੌਰੀਆਂ ਦੇ ਘਰੇ ਜੰਮਣ ਖੁਣੋਂ ਥੋੜਿਆ ਵੀ ਕੀ ਸੀ, ਅੱਜ ਤੱਕ ਕੋਈ ਲਾਹੌਰੀਆ ਇਹੋ ਜਿਹਾ ਨਹੀਂ ਜਿਹਨੇ ਬਦਨਾਮੀ ਕਰਾਈ ਹੋਵੇ, ਚਾਹੇ ਉਹ ਅਕਾਲੀ ਦਲ 'ਚ ਰਿਹਾ, ਚਾਹੇ ਸਵਰਨਕਰ ਭਰਾਵਾਂ ਬਾਰੇ, ਭਾਈ ਲਾਲੋ ਦੇ ਵਾਰਸਾਂ ਬਾਰੇ, ਫਿਰ ਉਦੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਤੇ ਕੇਜਰੀਵਾਲ ਦੀ ਤੁਲਨਾ ਕਰਨੀ, ਔਰ ਅੱਜ ਜਿਹੜਾ ਅੱਜ ਵਕੀਲ ਭਾਈਚਾਰੇ ਨੂੰ ਅੱਜ ਉਹਨਾਂ ਨੂੰ ਕਹਿਤਾ ਕਿ ਇਹ ਤਾਂ ਚੰਦ ਪੈਸਿਆਂ ਤੇ ਵਿਕ ਜਾਂਦੇ ਆ। ਔਰ ਮੈਂ ਗੱਲ ਕਹਿੰਦਾ ਕਿ ਜਦੋਂ ਤੇਰੇ ਤੇ ਪਰਚਾ ਦਰਜ ਸੀ, ਜਦੋਂ ਕਲਤਾਰ ਸੰਧਵਾਂ ਦੇ ਤੇ ਦੂਜੇ ਮੰਤਰੀਆਂ ਦੇ ਪਰਚਾ ਦਰਜ ਸੀਗਾ, ਉਦੋਂ ਇਸੇ ਬੂਟਾ ਸਿੰਘ ਵਕੀਲ ਕੋਲ ਆਣ ਕੇ ਸਾਰਾ ਦਿਨ ਬੂਵੇ ਅੱਗੇ ਖੜੇ ਰਹਿੰਦੇ ਸੀ, ਔਰ ਇੱਥੋਂ ਬਰੀ ਹੋਏ। ਅਜੇ ਵੀ ਇੱਕ ਕੇਸ ਚੱਲਦਾ, ਔਰ ਮੈਂ ਇਸ ਗੱਲ ਦੀ ਵੀ ਨਿੰਦਾ ਕਰਦਾ। ਔਰ ਗੱਲ ਇਹ ਆ, ਇਹਨਾਂ ਦੀ ਜਿਹੜੀ ਉਹ ਮੱਤ ਵੱਜ ਚੁੱਕੀ ਹੈ, ਇਹਨਾਂ ਨੂੰ ਪਿੰਡਾਂ 'ਚ ਲੋਕ ਮੂੰਹ ਲਾ ਕੇ ਰਾਜ਼ੀ ਨਹੀਂ, ਤੇ ਇਸ ਕਰਕੇ ਗੱਲ ਸਿਆਣੇ ਕਹਿੰਦੇ ਆ ਕਿ ਪਰਮਾਤਮਾ ਲੱਤ ਨਹੀਂ ਮਾਰਦਾ, ਮੱਤ ਮਾਰਦਾ। ਇਹਨਾਂ ਦੀ ਮੱਤ ਜਿਹੜੀ ਵੱਜੀ, ਔਰ ਲੋਕ ਇਹਨਾਂ ਨੂੰ ਜਿਹੜਾ ਕਰਾਰੀ ਹਾਰ ਜਿਹੜੀ ਹੈ, ਔਰ ਇਹਨਾਂ ਦੀਆਂ ਜਮਾਨਤਾਂ ਵੀ ਹੋ ਸਕਦਾ ਕਿ ਸਾਰਿਆਂ ਦੀਆਂ ਜ਼ਬਤ ਹੋਣ। ਔਰ ਸਰਵੇ ਜਿਹੜੇ ਨੇ ਉਹ 11 ਸੀਟਾਂ ਕਾਂਗਰਸ ਪਾਰਟੀ ਨੂੰ ਦੇ ਰਹੇ ਆ, ਜੇ 11 ਦੇ ਰਹੇ ਆ ਤੇ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਫਿਰ 12 ਵੀ ਹੋ ਸਕਦੀਆਂ ਨੇ ਤੇ 13 ਵੀ ਹੋ ਸਕਦੀਆਂ।